ਜਦੋਂ ਵੀਰ ਘਰੋਂ ਤੁਰ ਲੱਗਾ ਸੀ ਤਾਂ ਮੈਂ ਬੜੇ ਥਰਲੇ ਪਾਏ। ਨਾ ਜਾ ਜੁਗਰਾਜ, ਤੂੰ ਸਾਡਾ ਪੰਜਾਂ ਭੈਣਾਂ ਦਾ ਇੱਕੋ ਇੱਕ ਵੀਰ ਹੈ, ਨਾ ਜਾ। ਇਹ ਆ ਕੇ ਕੋਲ ਬੈਠੀ ਭੈਣ ਨੇ ਜੁਗਰਾਜ ਸਿੰਘ ਦੀ ਗੱਲ ਘਰ ਤੋਂ ਛੱਡਣ ਵੇਲੇ ਤੋਂ ਸ਼ੁਰੂ ਕੀਤੀ। ਅੱਗੋਂ ਕਹਿੰਦਾ, ਮੈਂ ਤੁਹਾਡਾ ਕੱਲੀਆਂ ਦਾ ਵੀਰ ਥੋੜ੍ਹੀ ਹਾਂ। ਜਿਨ੍ਹਾਂ ਭੈਣਾਂ ਦੇ ਸਰਕਾਰਾਂ ਨੇ ਘਰ ਉਜਾੜਿਆ, ਜਿਨ੍ਹਾਂ ਦੇ ਸਾਰੇ ਟੱਬਰ ਮਾਰੇ ਗਏ ਅਤੇ ਜਿਨ੍ਹਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਮੈਂ ਉਹਨਾਂ ਭੈਣਾਂ ਦਾ ਵੀ ਵੀਰ ਹਾਂ। ਭੈਣੇ, ਨਾ ਮੈਨੂੰ ਰੋਕੋ, ਨਾ ਮੈਂ ਹੁਣ ਨਹੀਂ ਰੁਕਦਾ। ਜਦੋਂ ਸਾਡੇ ਹਾੜੇ ਕਿਸੇ ਕੰਮ ਨਾ ਆਏ ਤਾਂ ਹਾਰ ਕੇ ਮਾਂ ਨੇ ਝੋਲੀ ਅੱਡ ਕੇ ਹੱਥ ਜੋੜ ਕੇ ਥਰਲੇ ਕੱਢੇ। ਜੁਗਰਾਜ ਨੇ ਕਿਹਾ, ਉਹ ਮਾਵਾਂ ਪੁੱਤਾਂ ਅੱਗੇ ਹੱਥ ਥੋੜ੍ਹਾ ਜੋੜਦੀਆਂ ਹੁੰਦੀਆਂ ਮਾਏ। ਮੈਂ ਕਿਹਾ, ਤੈਨੂੰ ਮੈਂ ਗੁਰੂਆਂ ਤੋਂ ਬੜੀਆਂ ਮਿਹਨਤਾਂ ਨਾਲ ਲਿਆਏ ਜੁਗਰਾਜ। ਮਾਂ, ਤੂੰ ਜਦੋਂ ਗੁਰੂਆਂ ਤੋਂ ਮੈਨੂੰ ਮੰਗਿਆ ਸੀ ਤਾਂ ਉਹਨਾਂ ਨੇ ਮੈਨੂੰ ਉਦੋਂ ਤੇਰੀ ਝੋਲੀ ਪਾ ਦਿੱਤਾ ਸੀ ਨਾ, ਅਤੇ ਹੁਣ ਜਦੋਂ ਗੁਰੂ ਨੂੰ ਲੋੜ ਹੈ ਉਹਨੂੰ ਤੂੰ ਆਪਣਾ ਪੁੱਤ ਨਹੀਂ ਦੇਵੇਂਗੀ। ਇਹ ਆ ਕੇ ਜੁਗਰਾਜ ਨੇ ਮਾਂ ਦੀਆਂ ਸਾਰੀਆਂ ਮਿਹਨਤਾਂ ਖਾਰਜ ਕਰ ਦਿੱਤੀਆਂ। ਮੈਂ ਫਿਰ ਤਰਲਾ ਕੀਤਾ। ਫਿਰ ਜੁਗਰਾਜ, ਸਾਡੀ ਕਣਕ ਕੱਢਣ ਵਾਲੀ ਪਈ ਹੈ, ਹਲੇ ਤਾਂ ਤੂੜੀ ਵੀ ਸਾਂਭਣੀ ਹੈ। ਚੱਲ ਖਾਂ ਮੇਰਾ ਸੋਹਣਾ ਵੀਰ, ਚੱਲ ਆ, ਮੈਨੂੰ ਨਹੀਂ ਪਤਾ, ਆਹ ਪਿੰਡ ਚੱਲੀਏ। ਉਹਨੂੰ ਵੜਿਆ ਕੇ ਆਸੇ ਪਾਸੇ ਕਰਨ ਦੀ ਮੈਂ ਫਿਰ ਕੋਸ਼ਿਸ਼ ਕੀਤੀ, ਪਰ ਜੁਗਰਾਜ, ਮੈਂ ਤੇਰੀਆਂ ਕਣਕਾਂ ਤੋਂ ਹੁਣ ਕੀ ਲੈਣਾ? ਮੈਂ ਕੌਮ ਦੇ ਸਿਰੋਂ ਕਰਜ਼ਾ ਲਾਉਣਾ ਹੈ। ਭੈਣੇ, ਮੈਂ ਬੇਪਤ ਹੋਈਆਂ ਭੈਣਾਂ ਨੂੰ ਹੁਣ ਪਿੱਠ ਨਹੀਂ ਵਿਖਾ ਸਕਦਾ। ਇਹ ਸੁਣ ਕੇ ਸਾਰੇ ਸਮਝ ਗਏ ਵੀ ਹੁਣ ਬਈ ਹੁਣ ਤਾਂ ਇਹਨੂੰ ਮੋੜਨਾ ਔਖਾ ਹੀ ਹੋ। ਹਾਂ, ਖਲੋ ਜਾ ਫਿਰ, ਤੇਰੇ ਮੈਂ ਪਾਉਣਾ ਖਾਨੇ 'ਚ। ਗੁੱਸੇ ਵਿੱਚ ਆ ਕੇ ਬਾਪੂ ਨੇ ਵੀਰ ਨੂੰ ਤਾਪਕਾ ਮਾਰਿਆ ਅਤੇ ਫਿਰ ਅਖੀਰਲਾ ਤੀਰ ਚਲਾਇਆ। ਉਹ ਮਾਰ ਲੈ ਬਾਪੂ, ਅੱਗੇ ਕਿਹੜਾ ਨਿੱਕੇ ਹੁੰਦਿਆਂ ਤੂੰ ਮੈਨੂੰ ਕਦੇ ਮਾਰਿਆ ਨਹੀਂ, ਚੱਲ ਆ ਹੁਣ ਫਿਰ ਮਾਰ ਲੈ ਮੈਨੂੰ। ਜੁਗਰਾਜ ਨੇ ਬਾਪੂ ਵੱਲੋਂ ਛੱਡਿਆ ਤੀਰ ਹਵਾ ਵੱਲੋਂ ਕਰ ਦਿੱਤਾ। ਸਾਡੇ ਹੰਝੂ ਜੁਗਰਾਜ ਨੂੰ ਖੋਰ ਨਾ ਸਕੇ। ਮਾਂ ਦੇ ਦੁੱਧਾ ਵਾਸਤਾ ਅਤੇ ਭੈਣਾਂ ਦੀਆਂ ਰੱਖੜੀਆਂ ਦੇ ਹਨੇਰੇ ਉਸਦੇ ਵੱਧਦੇ ਕਦਮਾਂ ਨੂੰ ਰੋਕ ਨਾ ਸਕੇ। ਮਾਂ ਦੇ ਹੱਥ ਅੱਡੇ ਰਹਿ ਗਏ ਅਤੇ ਸਾਡੇ ਤਰਲੇ ਕੰਧਾਂ ਨਾਲ ਵੱਜ ਵੱਜ ਕੇ ਵਾਪਸ ਮੁੜ ਰਹੇ ਸੀ। ਪਰ ਜੁਗਰਾਜ ਸਿੰਘ ਕੇਸਰੀ ਪੱਗ ਬੰਨ ਲਾਲ ਕਿਲੇ ਦੀ ਇੱਟ ਨਾਲ ਇੱਟ ਖੜਕਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਇਕੱਠ ਹੋਏ ਵਿੱਚ ਮਰਜੀਵੜਿਆਂ ਦੇ ਕਾਫਲੇ ਵਿੱਚ ਜਾ ਰਲਿਆ। ਸਾਡੇ ਸਾਹਮਣੇ ਮੰਜੇ 'ਤੇ ਬੈਠੀ ਬਜ਼ੁਰਗ ਭੈਣ ਆਪਣੇ ਲਫ਼ਜ਼ਾਂ 'ਚ ਇਹ ਸਾਰੀ ਹੱਟ ਬੀਤੀ ਸੁਣਾ ਰਹੀ ਸੀ। ਇਹ ਗੱਲਾਂ ਸੁਣਦਿਆਂ ਮੇਰੀਆਂ ਅੱਖਾਂ 'ਤੇ ਗੱਜ ਦੋਵੇਂ ਭਰ ਆਏ। 18-20 ਸਾਲਾਂ ਦਾ ਅਤੇ ਅਕਹਿਰੇ ਜਿਹੇ ਸਰੀਰ ਦਾ ਇਹ ਗੱਭਰੂ ਦਿੱਲੀ ਦੇ ਦੱਲਿਆਂ 'ਤੇ ਤੂਫਾਨ ਵਾਂਗੂ ਝੁਲਦਾ ਰਿਹਾ। ਇਸ ਲਈ ਲੋਕਾਂ ਨੇ ਜੁਗਰਾਜ ਸਿੰਘ ਨੂੰ ਬਾਬਾ ਤੂਫਾਨ ਸਿੰਘ ਦਾ ਖਿਤਾਬ ਦਿੱਤਾ। ਅਖੀਰ ਜੁਗਰਾਜ ਸਿੰਘ ਕਿਸੇ ਗਦਾਰ ਦੀ ਗਦਾਰੀ ਕਰਕੇ 22 ਸਾਲ ਦੀ ਉਮਰ 'ਚ 8 ਅਪ੍ਰੈਲ 1990 ਨੂੰ ਪੁਲਿਸ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦੀ ਜਾਮ ਪੀ ਗਿਆ। ਸਿਆਣਿਆਂ ਦੇ ਕਹਿਣ ਵਾਂਗੂ ਸ਼ਹੀਦੀ ਜ਼ਿੰਦਗੀ ਉਸਦੀ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ। ਲੋਕਾਂ ਦਾ ਅਤੇ ਸਰਕਾਰੀ ਅਖਬਾਰਾਂ ਦਾ ਇੱਕੋ ਹੀ ਬਿਆਨ ਸੀ ਕਿ ਜੁਗਰਾਜ ਸਿੰਘ ਤੂਫਾਨ ਦੇ ਭੋਗ ਦੇ ਮੌਕੇ 3 ਲੱਖ ਸੰਗਤ ਦਾ ਇਕੱਠ ਹੋਇਆ ਸੀ। ਜੁਗਰਾਜ ਸਿੰਘ ਤੂਫਾਨ ਬੇਸ਼ੱਕ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਆ, ਪਰ ਉਹ ਆਪਣੀ ਕੌਮ ਦੇ ਦਿਲਾਂ ਵਿੱਚ ਹਮੇਸ਼ਾ ਹੀ ਵਸਦਾ ਰਹੂਗਾ, ਹਮੇਸ਼ਾ ਹੀ ਜਿਉਂਦਾ ਰਹੂਗਾ, ਹਮੇਸ਼ਾ ਹੀ ਵਸਦਾ ਰਹੂਗਾ, ਹਮੇਸ਼ਾ ਹੀ ਜਿਉਂਦਾ ਰਹੂਗਾ। ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ ਅਤੇ ਆਪਣੇ ਕੀਮਤੀ ਵਿਚਾਰ ਵੀ ਜ਼ਰੂਰ ਸਾਂਝੇ ਕਰੋਗੇ। ਸਾਡੇ ਚੈਨਲ ਕਲਮ ਦੇ ਬੋਲ ਨਾਲ ਜੁੜ ਕੇ ਸਾਡਾ ਹੌਸਲਾ ਵਧਾਉਣਾ ਤਾਂ ਜੋ ਅੱਗੇ ਵਾਸਤੇ ਆਪਣਾ ਸਾਥ ਬਣਿਆ ਰਹੇ।